ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ। ਅੱਜ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ, ਆਓ ਇਹਨਾਂ ਨਾਲ ਗੱਲ ਕਰਦੇ ਕੀ ਇਹਨਾਂ ਦੀ ਰਣਨੀਤੀ ਹੋ ਗਈ ਅੱਗੇ ਦੀ। ਸਾਡੇ ਆਗੂ ਬੈਠੇ ਨੇ, ਮੀਟਿੰਗ ਚੱਲ ਰਹੀ ਹੈ, ਅਗਲੀ ਰਣਨੀਤੀ ਥੋੜ੍ਹੀ ਦੇਰ 'ਚ ਤੈਅ ਹੋ ਜਾਏਗੀ। ਕੋਈ ਐਡੀ ਗੱਲ ਨਹੀਂ ਹੈ, ਇਹ ਸਰਕਾਰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਕਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲੇ ਤੀਕਰ ਸਾਡਾ ਮਨ ਹੀ ਨਹੀਂ ਸੀਗਾ ਵੀ ਇਹਨੂੰ ਤੋੜਨਾ, ਜਿਹੜੇ ਮਨ ਹੋ ਗਿਆ ਤੋੜਨੇ ਦਾ, ਫਿਰ ਸਿੱਟ ਲੈਣ ਗੋਲੇ ਗਾਲੇ, ਫਿਰ ਕੋਈ ਪਰਵਾਹ ਨਹੀਂ, ਫਿਰ ਜਾ ਵੜਾਂਗੇ, ਕੋਈ ਐਡੀ ਨਹੀਂ ਗੱਲ। ਜਿਹੜੇ ਇਹਨਾਂ ਨੇ ਪ੍ਰਸ਼ਾਸਨ ਨੇ ਪ੍ਰੋਟੈਸਟ ਕੀਤਾ ਹੋਇਆ, ਤੁਹਾਡਾ ਲਗਾਇਆ ਹੋਇਆ, ਕਿੱਲੇ ਲਗਾਈ ਹੋਈ ਹੈ, ਸਾਰਾ ਕੁਝ ਲਗਾਇਆ ਹੋਇਆ, ਤਾਂ ਤੁਹਾਨੂੰ ਲੱਗਦਾ ਤੁਸੀਂ ਅੱਗੇ ਜਾ ਪਾਓਗੇ? ਕਿੱਲਾ ਭੰਨਦੇ ਆਂਗੇ ਸਾਰੀਆਂ ਇਹਨਾਂ ਦੀਆਂ, ਅਸੀਂ ਰੋਜ਼ ਇਹੀ ਕੰਮ ਕਰਦੇ ਹਾਂ, ਕਿਹੜੀ ਗੱਲ ਆ, ਬੜਿਆਂ ਬੜਿਆਂ ਦੀਆਂ ਕਿੱਲਾ ਭੰਨੀ ਦੀਆਂ, ਕੋਈ ਗੱਲ ਨਹੀਂ, ਇਹ ਸਰਕਾਰ ਦੀਆਂ ਹੀ ਭੰਨਾਂਗੇ, ਇਹ ਸਰਕਾਰ ਦੀਆਂ ਹੀ ਭੰਨਾਂਗੇ, ਕੋਈ ਗੱਲ ਨਹੀਂ, ਜਾਵਾਂਗੇ ਅੱਗੇ। ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਸੇ ਜਿਹੜੇ ਆਸੂ ਗੈਸ ਦੇ ਗੋਲੇ ਛੋੜੇ ਗਏ ਹੈ। ਤੁਸੀਂ ਦੇਖ ਰਹੇ ਹੋ ਕਿੱਦਾਂ ਕਿਸ ਤਰੀਕੇ ਸੇ ਬੰਦੇ ਬਚਣ ਦੀ ਕੋਸ਼ਿਸ਼ ਕਰ ਰਹੇ ਹੈ। ਦੇਖੋ ਇਹ ਤੁਸੀਂ ਦੇਖ ਸਕਦੇ ਹੋ, ਬੋਰੀ ਰੱਖੋ ਕੱਪੜੇ ਪਾਸ, ਤੁਸੀਂ ਦੇਖ ਸਕਦੇ ਹੋ ਦੂਰ ਤੱਕ ਤੁਹਾਨੂੰ ਜਿਹੜਾ ਰਸ਼ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੋਵੇ। ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਅੱਜ ਇੱਥੇ ਹੋ ਚੁੱਕੇ ਨੇ, ਆਸੂ ਗੈਸ ਦੇ ਗੋਲੇ ਦੇਖੇ, ਇਹ ਦੇਖ ਸਕਦੇ ਹੋ ਤੁਸੀਂ ਕਿੱਦਾਂ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ। ਜਿਸ ਤਰੀਕੇ ਸੇ ਤੁਹਾਨੂੰ ਦੱਸਿਆ ਗਿਆ, ਜਿਸ ਤਰੀਕੇ ਸੇ ਤੁਸੀਂ ਦੇਖ ਰਹੇ ਹੋ ਅੱਜ ਹਰਿਆਣਾ ਦੇ ਕੀ ਹਾਲਾਤ ਹੋ ਗਏ ਨੇ, ਇੱਥੇ ਲੋਕ ਰੋ ਰਹੇ ਨੇ, ਬਹੁਤ ਬੁਰੀ ਤਰੀਕੇ ਸੇ ਹਾਲਾਤ ਨੇ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਸੇ ਬੰਦੇ ਖੜ੍ਹੇ ਨੇ ਇੱਥੇ, ਕਿਸ ਤਰੀਕੇ ਸੇ ਆਪਣੇ ਕੰਮ ਕਰ ਰਹੇ ਨੇ ਬੰਦੇ, ਆਸੂ ਗੈਸ ਦੇ ਗੋਲੇ ਦਿਨ ਪ੍ਰਤੀ ਦਿਨ ਛੱਟੇ ਜਾ ਰਹੇ ਹੈ। ਇਹਦੇ ਵਿੱਚ ਕਈ ਬੰਦੇ ਜ਼ਖਮੀ ਵੀ ਹੋਏ ਹੈ ਸਾਡੇ, ਉਹਨਾਂ ਦਾ ਵੀ ਅਸੀਂ ਹਾਲ ਪੁੱਛਣਗੇ ਕਿ ਕੀ ਹਾਲ ਉਹਨਾਂ ਦੇ ਹੈਗੇ ਹੈ, ਕੀ ਹਾਲਾਤ ਇੱਥੇ ਚੱਲ ਰਹੇ ਆਸੂ ਗੈਸ ਦੇ ਗੈ ਵਾਰ ਵਾਰ ਜਿਹੜੇ ਹੈ ਉਹ ਛੱਡੇ ਜਾ ਰਹੇ ਨੇ। ਇੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਸੇ ਹਾਲਾਤ ਇੱਥੇ ਬਣ ਚੁੱਕੇ ਨੇ, ਬਸ ਤੇ ਬਦਤਰ ਹਾਲਾਤ ਜਿਹੜੇ ਹੈ ਇੱਥੇ ਬਣ ਚੁੱਕੇ ਨੇ, ਠੀਕ ਹੈ ਨਾ। ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਸੇ ਤੁਹਾਨੂੰ ਲੱਗ ਰਿਹਾ ਹੋ ਨਾ, ਆਹ ਅਸੀਂ ਗੱਲਬਾਤ ਕਰਦੇ ਕੀ ਗੱਲਬਾਤ ਰਹੇਗੀ ਨਾ, ਅੱਜ ਅਸੀਂ ਤੁਹਾਡਾ ਪੁੱਛ ਰਹੇ ਹਾਂ ਕਿ ਕਿਸ ਤਰੀਕੇ ਸੇ ਇੱਥੇ ਹਾਲਾਤ ਜਿਹੜੇ ਹੈ ਉਹ ਬਣ ਚੁੱਕੇ ਨੇ। ਸਾਡੇ ਨਾਲ ਮੌਜੂਦ ਨੇ ਇਸ ਤਰੀਕੇ ਸੇ ਦੇਖ ਲਓ ਸਾਡੇ ਨਾਲ ਅੰਦੋਲਨ ਕਿਸ ਤਰੀਕੇ ਸੇ ਦੇਖਣੇ ਵਾਲਾ ਇਹੀ ਨਜ਼ਾਰਾ ਹੋਊਗਾ।
ਕਿ ਕਿਸ ਤਰੀਕੇ ਸੇ ਅੱਗੇ ਕਿਸਾਨ ਜਿਹੜੇ ਆ ਉਹ ਅੱਗੇ ਬੜਪਾਣ ਕੇ ਜਾਂ ਨਹੀਂ, ਇਹ ਦੇਖਣੇ ਦਾ। ਓ ਭਾਈ ਬੱਟੇ ਕੌਣ ਸੇ ਮਾਰ ਰਿਹਾ ਭਾਈ? ਓ ਭਾਈ ਜਿਹੜੇ ਮੱਟੇ ਰੱਖੋ, ਬੱਟਾ ਨਹੀਂ ਕਹਿੰਦੇ। ਓ ਜੈਸਿੰਘ, ਨਵਦੀਪ ਕਹਾਂ? ਓ ਨਵਦੀਪ ਕਰੋ ਭਾਈ, ਚੈੱਕ ਕਰੋ ਇਹ ਤੁਸੀਂ ਦੇਖ ਸਕਦੇ। ਹਾਂਜੀ, ਇਹਨਾਂ ਬੱਟੇ ਬੁੱਟੇ ਮਾਰੇ ਚੋਗਰਾਂ ਲੋਕ ਮਗਾ ਪਾ ਭਾਈ, ਬੱਟੇ ਵਾਲੇ 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 ਵਿੱਚ ਚੱਲਨੇ। ਓ ਨਵਦੀਪ ਨੂੰ ਜੇ ਕਹਿੰਦਾ ਇਹਨੂੰ ਕਦੇ ਪੂਰਾ ਉਪਰ ਸੋ। ਹਾਂਜੀ ਤੁਸੀਂ ਦੇਖ ਸਕਦੇ ਬੱਟੇ ਨੂੰ ਬਾਹਰ ਲੈ ਕੇ ਆਓ। ਹਾਂਜੀ ਭਾਈ, ਫੇਰ ਪਰਾਂ ਨੂੰ ਚੱਲਦੇ ਆ, ਮੇਰੇ ਪਿੱਛੇ ਲੰਗਰ ਛਕ ਲੋਕ ਨਾ ਆਵਾਂ। ਤੋ ਫੇਰ ਤੁਸੀਂ ਨਵਦੀਪ ਭਾਈ, ਹਾਲੇ ਕਿਸਾਨ ਆਗੂਆਂ ਵੱਲੋਂ ਅੱਗੇ ਵਧਣ ਦੀ ਨੌਜਵਾਨਾਂ ਨੂੰ ਨਹੀਂ ਕਿਹਾ ਗਿਆ ਹਾਲੇ ਕਿਤੇ? ਨਹੀਂ ਨਹੀਂ ਬਾਬਾ ਜੀ, ਬੇਨਤੀ ਕਰਦੇ ਆ ਤੁਹਾਡੇ ਰਾਹੀਂ, ਹੈ ਨਾ ਵੀ ਜਾਪ ਤੇ ਚ ਰਹਿ ਕੇ ਹੀ ਅੰਦੋਲਨ ਜਿੱਤੇ ਜਾਂਦੇ ਨੇ। ਸਾਡੀ ਲੀਡਰਸ਼ਿਪ ਪਿਛਲੇ 2.5 ਸਾਲਾਂ ਤੋਂ ਲੱਗੀ ਹੋਈ ਸੀ ਸਿਰਫ ਇਸੇ ਅਖਾੜੇ ਪਿੱਛੇ, MSP ਗਰੰਟੀ ਕਾਨੂੰਨ ਦੀ ਲੜਾਈ ਪਿੱਛੇ, ਹੈ ਨਾ। ਅਸੀਂ ਸਟੇਟਾਂ 'ਚ ਮੁਜ਼ਾਹਰੇ ਕਰ ਰਹੇ ਸੀ, DC ਦਫ਼ਤਰਾਂ ਦੇ ਮੁਜ਼ਾਹਰੇ ਕਰ ਰਹੇ ਸੀ, ਸਾਨੂੰ ਬਹੁਤ ਵੱਡਾ ਅੰਦੋਲਨ ਖੜਾ ਕਰਨ ਨੂੰ ਬਹੁਤ ਟਾਈਮ ਲੱਗਿਆ ਆ। ਤੇ ਲੀਡਰਸ਼ਿਪ ਤੁਹਾਡੀ ਸਾਰਿਆਂ ਦੀ ਨਾ ਬਹੁਤ ਮਜ਼ਬੂਤ ਆ, ਠੀਕ ਹੈ ਨਾ। ਉਹਨਾਂ ਦਾ ਕੋਈ ਪਰਸਨਲ ਫਾਇਦਾ ਨਹੀਂ ਹੈਗਾ, ਉਹਨਾਂ ਨੇ ਇਲੈਕਸ਼ਨ ਨਹੀਂ ਲੜਿਆ, ਠੀਕ ਹੈ ਨਾ। ਉਹ ਤਾਂ ਤੁਹਾਡੇ ਭਲੇ ਵਾਸਤੇ ਇੱਥੇ ਆਏ ਹੋਏ ਨੇ ਬਾਬਾ ਜੀ, ਜਾਪ ਦੇ 'ਚ ਰਹਿਣਾ, ਲੀਡਰਸ਼ਿਪ ਦੇ ਨਾਲ ਰਹਿ ਕੇ ਹੀ ਅੰਦੋਲਨ ਜਿੱਤੇ ਜਾਂਦੇ ਨੇ, ਠੀਕ ਹੈ। ਉਹਨਾਂ ਦਾ ਪਰਸਨਲ ਫਾਇਦਾ ਕਿਸੇ ਦਾ ਨਹੀਂ ਹੈਗਾ। ਜੇ ਉਹਨਾਂ ਨੇ ਇਲੈਕਸ਼ਨ ਲੜਨੇ ਹੁੰਦੇ, ਇਲੈਕਸ਼ਨ ਵਾਲੇ ਤਾਂ ਦੂਜੇ ਪਾਸੇ ਨੂੰ ਚਲੇ ਗਏ, ਠੀਕ ਹੈ ਨਾ। ਅੱਜ ਉਹ ਲੜਨ ਆਏ ਨੇ ਤੁਹਾਡੇ ਪਿੱਛੇ, ਆਪਣੀ ਜਾਨਾਂ ਦੇਣ ਆਏ ਨੇ ਸਾਰੇ ਸਾਰੇ ਲੀਡਰ ਬਿਨਾਂ ਲੀਡਰਸ਼ਿਪ ਦੀ ਅਗਵਾਈ ਤੋਂ। ਠੀਕ ਹੈ, ਅਸੀਂ ਕਹਿ ਰਹੇ ਹਾਂ ਜੋਸ਼ ਦਿਖਾ ਦਾਂਗੇ ਤੁਹਾਡੇ ਟਾਈਮ, ਪਰ ਇਹ ਦਿਮਾਗ ਨਾਲ ਲੜਾਈ ਜਿੱਤੀ ਜਾਣੀ ਆ। ਸਾਡੇ ਕੋਲ ਸਾਰੀ ਤਿਆਰੀ ਹੈ, ਇੱਥੇ ਫੁੱਲ ਤਿਆਰੀ ਆ, ਆਸੂ ਗੈਸ ਗੋਲੇ ਦੇ ਮਾਸਕ ਮੂਸਕ ਸਭ ਕੁਝ ਆ ਸਾਡੇ ਕੋਲ, ਠੀਕ ਹੈ ਨਾ। ਤੁਸੀਂ ਸਾਨੂੰ ਟਾਈਮ ਦਿਓ ਥੋੜ੍ਹਾ ਜਿਹਾ, ਠੀਕ ਹੈ ਨਾ। ਟਰੈਕਟਰ ਵੀ ਨੇ, ਸਾਰੇ ਤਰੀਕੇ ਨਾਲ ਬੈਰੀਗੇਟ ਵੀ ਪੱਟਾਂਗੇ, ਪਰ ਜਾਪਤੇ 'ਚ ਰਹਿ ਕੇ, ਹੈ ਨਾ। ਅਤੇ ਅਸੀਂ ਇਹਨਾਂ ਤੋਂ ਦੱਬਣ ਵਾਲੇ ਨਹੀਂ ਹੈਗੇ, ਅਸੀਂ ਇਹਨਾਂ ਤੋਂ ਦੱਬਣ ਵਾਲੇ ਨਹੀਂ ਹੈਗੇ, ਠੀਕ ਹੈ ਨਾ। ਅਸੀਂ ਤਾਂ ਗੁਰੂ ਸਾਹਿਬ ਮਹਾਰਾਜ ਦਾ ਥਾਪੜਾ ਲੈ ਕੇ ਚੱਲਦੇ ਹਾਂ। ਆਸੂ ਗੈਸ ਦਾ ਗੋਲਾ ਛੱਡੇ ਜਾਊਗਾ, ਹੋਰ ਤੁਸੀਂ ਦੇਖ ਸਕਦੇ ਹੋ ਆਸੂ ਗੈਸ ਦਾ ਗੋਲਾ ਜਿਹੜਾ ਹੈ, ਡਰੋਨ ਨਾਲ ਜਿਹੜਾ ਹੈ ਆਸੂ ਗੈਸ ਦਾ ਗੋਲਾ ਜਿਹੜਾ ਉਹ ਗਿਰਾ ਜਾਊਗਾ, ਤੁਸੀਂ ਦੇਖ ਸਕਦੇ ਹੋ। ਜਿੰਨੀ ਤੁਹਾਡੀ ਲੀਡਰਸ਼ਿਪ, ਅਸੀਂ ਵੀ ਤਾਂ ਸੇਵਾਦਾਰ ਹਾਂ, ਲੀਡਰਸ਼ਿਪ ਦੇ ਹੁਕਮਾਂ ਦਾ ਆਦੇਸ਼ ਕਰਦੇ ਹਾਂ। ਠੀਕ ਹੈ ਜੀ, ਕਿਸ ਤਰੀਕੇ ਸਰ ਆਸੂ ਗੈਸ ਦੇ ਗੋਲੇ ਜਿਹੜੇ ਉਹ ਸੈਂਟਰ ਵੱਲੋਂ ਵੱਜ ਜਾ ਰਹੇ ਨੇ, ਇਹ ਦੇਖੋ ਕਿਸ ਤਰੀਕੇ ਸੇ, ਇਹ ਤੁਸੀਂ ਦੇਖ ਸਕਦੇ ਹੋ। ਗੰਭੀਰ ਬੰਦੀ ਨਜ਼ਰ ਆ ਰਹੀ ਹੈ, ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ।